ਹਾਂਜੀ ਫਿਰ ਕਿਵੇਂ ਸਾਰੇ ਜਾਣੇ ਉਮੀਦ ਕਰਦੇ ਨੇ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਾਰੇ ਵੀਰਾਂ ਦਾ ਕਰਦੇ ਹਾਂ ਤਹਿ ਦਿਲੋਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਦੇ ਉੱਪਰ ਸੋ ਅੱਜ ਤਾਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਹਾਲੈਂਡ ਦੀ ਸਭ ਤੋਂ ਮਹਾ ਬੰਪਰ ਸੇਲ ਠੀਕ ਹੈ ਜੀ ਇਹਦੇ ਵਿੱਚ 12 ਤੋਂ 13 ਹੋ ਸਕਦਾ ਟਰੈਕਟਰ ਇਕੱਠੇ ਹੋਣ ਅਪਰੋਕਸ 12 ਤੱਕ ਤਾਂ ਹੈਗੇ ਨੇ ਸ਼ੋ ਕਰਦੇ ਆ ਜੀ ਵੀਡੀਓ ਸ਼ੁਰੂ ਤੇ 999 ਆਉ ਤੁਹਾਨੂੰ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਲਾਰੰਗ ਦਾ ਸਬਸਕ੍ਰਾਈਬ ਬਟਨ ਤੁਹਾਨੂੰ ਥੱਲੇ ਸ਼ੋ ਹੁੰਦਾ ਪਿਆ ਹੁਣ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ 올 ਤੇ ਜਰੂਰ ਸੈੱਟ ਕਰਿਓ ਤਾਂ ਕਿ ਜਰੂਰੀ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜੇ ਤੇ ਸਾਡੇ ਨੰਬਰ ਹੈਗੇ 7340945620 ਇਹਨਾਂ ਨੰਬਰਾਂ ਤੇ 5 ਤੋਂ 10 ਫੋਟੋ ਭੇਜ ਕੇ ਸਾਡੇ ਕੋਲੋਂ ਫ੍ਰੀ ਦੇ ਤੁਸੀਂ ਐਡ ਵੀ ਲਵਾ ਸਕਦੇ ਹੋ ਪਹਿਲਾਂ ਆ ਜਾਂਦਾ ਨਿਊ ਹਾਲੈਂਡ 3630 ਸੁਪਰ ਜਿਹਦੇ ਉਹਰਾ ਟੈਂਚੀ ਦੇ ਸੁਪਰ ਲਿਖਿਆ ਹੁੰਦਾ ਇਹ ਟਰੈਕਟਰ 2013 ਮਾਡਲ ਆ ਜੀਰਾ ਏਰੀਆ ਵਿੱਚ ਖੜਾ ਹੋਇਆ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਆ ਠੀਕ ਹੈ ਜੀ 4,80,000 ਰੁਪਏ ਇਹ ਟਰੈਕਟਰ ਦਾ ਮੁੱਲ ਰੱਖਿਆ ਗਿਆ ਬਾਕੀ ਅੱਗੇ ਤੁਸੀਂ ਵੇਟ ਵਾਲੀਆਂ ਪਲੇਟਾ ਪਲੂਟਾ ਟੰਗ ਸਕਦੇ ਹੋ ਮਾਲਕਾਂ ਦੇ ਨੰਬਰ ਆ ਜਿਹੜੇ ਤੁਹਾਨੂੰ ਥੱਲੇ ਦੇ ਰਹੇ ਆਂ ਆਪਾਂ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਤੁਸੀਂ ਵਟਸਐਪ ਦੇ ਉੱਪਰ ਗੱਲਬਾਤ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਪੂਰਾ ਓਕੇ ਪਿਆ ਹੋਇਆ ਸਾਫ ਹਾਲਤ ਰੇ ਵਿੱਚ ਟਰੈਕਟਰ ਕੋਈ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਨਹੀਂ ਹੈਗੀਗੀ ਠੀਕ ਹੈ ਕਿਤੋਂ ਤੇਲ ਨਹੀਂ ਘਟਾਉਂਦਾਗਾ ਕੋਈ ਯਾਨੀ ਕਿ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਤੇ ਅੱਗੇ ਆ ਜਾਂਦਾ ਜੀ 3630 ਦੇ ਵਿੱਚ 4x4 ਟਰੈਕਟਰ ਹਾਲੈਂਡ ਦੇ ਵਿੱਚ ਇਹ 3630 ਆ ਜੀ 4x4 ਆ 2019 ਮਾਡਲ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਆ ਇਹ ਠੀਕ ਹੈ ਜੀ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਆ ਢੂਰੀ ਏਰੀਏ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਹਾਲਤ ਵਗੈਰਾ ਓਕੇ ਆ ਟਾਇਰ ਟੂਰ ਮੰਨ ਲਓ ਵੀ ਹੈਗੇ ਆ 85 ਤੋਂ 90 ਕੇ ਪੈਸੇ 85 90 ਪੈਸੇ ਹੈਗੇ ਆ ਟਾਇਰ ਓਕੇ ਆ ਠੀਕ ਆ ਵਾਕੇ ਚਲਾ ਕੇ ਦੇਣ ਦੀ ਪੂਰੀ ਗਰੰਟੀ ਆ ਆ ਤੂੰ ਸਟੀering ਕੋਲੋਂ ਦੇਖ ਸਕਦੇ ਫੋਟੋਆਂ ਫੋਟੋਆਂ ਬਾਕੀ ਰੰਗ ਰੰਗ ਸਾਰਾ ਅਰੀਜਨਲ ਆ ਕਿਤੇ ਉਹ ਰੰਗ ਦੁਬਾਰਾ ਨਹੀਂ ਹੋਇਆਗਾ ਟਰੈਕਟਰ ਨੂੰ 8 ਲੱਖ ਰੁਪਈਆ ਡਿਮਾਂਡ ਆ 8 ਲੱਖ ਰੁਪਈਆ ਡਿਮਾਂਡ ਰੱਖੀ ਗਈ ਆ ਟਰੈਕਟਰ ਦੀ ਪੂਰਾ ਓਕੇ ਆ ਬਾਕੀ ਅੱਗੇ ਵੇਟ ਵਾਲੀਆਂ ਪਲੇਟਾਂ ਪਲੂਟਾਂ ਕੰਪਨੀ ਦਿੰਦੀ ਆ 4x4 ਦੇ ਵਿੱਚ ਸੋ ਲੱਗੀਆਂ ਹੋਈਆਂ ਨੇ ਐਕਵਾ ਟੈਂਚੀ ਤੇ ਮਿਊਜ਼ਿਕ ਸਿਸਟਮ ਸੌਰੀ ਛਤਰੀ ਤੇ ਮਿਊਜ਼ਿਕ ਸਿਸਟਮ ਪੁੱਛ ਲਿਓ ਭਰਾਵਾਂ ਨੂੰ ਕੀ ਉਹ ਦੇਣਗੇ ਕਿ ਨਾਲ ਕਿ ਨਹੀਂ ਕਿਉਂਕਿ ਉਹ ਮੈਂ ਉਚਿਆ ਨਹੀਂ ਸੀ ਪੂਰੀ ਡਿਟੇਲ ਦੇ ਨਾਲ ਮੈਂ ਇੰਨੀ ਗੱਲ ਨਹੀਂ ਕੀਤੀ ਸੀਗੀ ਭਰਾਵਾਂ ਦੇ ਨਾਲ ਬਾਕੀ ਪੂਰਾ ਓਕੇ ਆ ਸਾਫ ਹਾਲਤਰੇ ਵਿੱਚ ਬਾਕੀ ਤੁਸੀਂ ਦੱਸਿਓ ਯਾਰ 36 30 ਦੀ ਆਪਾਂ ਸਪੈਸੀਫਿਕੇਸ਼ਨ ਦੀ ਵੀਡੀਓ ਨਾ ਮੈਂ ਲੈ ਕੇ ਆਉਣੀ ਆ ਬੜਾ ਥੋੜਾ ਟਾਈਮ ਨਹੀਂ ਲੱਗਦਾ ਕਿ ਮੈਂ ਲੈ ਕੇ ਆਉਂਗਾ ਬਾਕੀ ਤੁਸੀਂ ਗਾਂਹ ਦੱਸ ਦਿਓ ਕਿ ਕਿਵੇਂ ਕਰੀਏ ਲੈ ਕੇ ਆਈਏ ਕਿ ਨਾ ਬਾਕੀ ਹੋ ਸਕਦਾ ਅੱਜ ਬਾਨਮ ਜਵੇ ਹੋ ਸਕਦਾ ਅੱਜ ਆਪ ਹੀ ਜਾਵੇ ਅ ਗੱਲ ਟਰੈਕਟਰ ਵਾਲੀ ਤੇ ਸੋ ਤੁਸੀਂ ਉਹ ਚੈਨਲ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਇੱਕ ਕੰਪੈਨੀਆਂ ਵਾਸਤੇ ਲਵੀ ਵੀਰੇ ਦਾ ਚੈਨਲ ਬਣਾਇਆ ਹੋਇਆ ਜੀ ਵਿਲੀ ਜਨਤਾ ਗਰੁੱਪ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰ ਇਟ੍ਰੈਕਟਰ 2019 ਮਾਡਲ ਆ ਧੂਰੀ ਏਰੀਏ ਵਿੱਚ ਖੜਾ ਹੋਇਆ 8 ਲੱਖ ਰੁਪਈਆ ਡਿਮਾਂਡ ਆ ਮਾਲਕਾਂ ਦੇ ਨੰਬਰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਟਰੈਕਟਰ ਦਾ ਸੌਦਾ ਤੁਸੀਂ ਕਰ ਸਕਦੇ ਹੋ ਤੇ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ ਦੇ ਵਿੱਚ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਪੂਰਾ ਸਾਫ਼ ਪਿਆ ਹੋਇਆ ਵਾ 2018 ਮਾਡਲ ਆ ਤੇ 2019 ਦੀ ਕਾਪੀ ਆ 2018 ਮਾਡਲ ਆ ਤੇ 2019 ਦੀ ਕਾਪੀ ਆ ਤੇ 740 ਘੰਟੇ ਚੱਲਿਆ ਹੋਇਆ ਟਰੈਕਟਰ ਨਿਊ ਹਾਲਰ 363 ਸੁਪਰ ਪਲੱਸ ਟੀ ਐਕਸ ਮਾਡਲ ਟਰੈਕਟਰ ਆ ਜੀ 740 ਘੰਟੇ ਦੱਸਿਆ ਜਾ ਰਿਹਾ ਵਾ ਬਾਕੀ ਅੱਗੇ ਤੁਸੀਂ ਵੇਟ ਵਾਲੀਆਂ ਪਲੇਟਾ ਪਲੂਟਾ ਟੰਗ ਸਕਦੇ ਹੋ ਵੰਪਰ ਲਾ ਕੇ ਪੂਰਾ ਓਕੇ ਆ ਸਾਫ ਫਾਲਤਰੇ ਵਿੱਚ ਆ ਟਾਇਰ ਟੂਰ ਚੰਗੇ ਪਏ ਹੋਏ ਨੇ ਹੈਗੇ ਇਹਦੇ ਵੀ ਜੀ 90 ਕੇ ਪੈਸੇ ਹੈਗੇ 85 80 85 ਪੈਸੇ ਹੈਗੇ ਫਿਰ ਬਾਕੀ ਤੁਸੀਂ ਮਾਲਕਾ ਨਾਲ ਪੂਰੀ ਗੱਲਬਾਤ ਕਰ ਲਿਓ ਦੀ ਡਿਮਾਂਡ ਆ ਜਿਹੜੀ ਟਰੈਕਟਰ ਦੀ ਮਾਲਕ ਵੀਰਾਂ ਵੱਲੋਂ ਰੱਖੀ ਗਈ ਹੈ 6 ਲੱਖ 39000 ਰੁਪਿਆ 6 ਲੱਖ 90000 ਰੁਪਿਆ ਮੁੱਲ ਆ ਮਾਲਕ ਵੀਰਾਂ ਵੱਲੋਂ ਰੱਖਿਆ ਗਿਆ ਬਾਕੀ ਮੌਕੇ ਦੇ ਉੱਪਰ ਘੱਟ ਵੱਧ ਕਰ ਲੈਣਗੇ ਜਰੂਰ ਮੌਕੇ ਦੇ ਉੱਪਰ ਹੋ ਜਾਊਗਾ ਲੈਸ ਸੋ ਜੋ ਵੀ ਮਾਲਕ ਵੀਰਾਂ ਦੇ ਨੰਬਰ ਨੇ ਸੰਪਰਕ ਦੇ ਤੁਹਾਨੂੰ ਥੱਲੇ ਦੇ ਰਹੇ ਆਂ ਆਪਾਂ ਇਹਨਾਂ ਨੰਬਰਾਂ 'ਤੇ ਫੋਨ ਲਾ ਕੇ ਜਾਂ ਫਿਰ ਤੁਸੀਂ ਵਟਸਐਪ ਦੇ ਉੱਪਰ ਗੱਲਬਾਤ ਕਰਕੇ ਭਰਾਵਾਂ ਦੇ ਨਾਲ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਇੱਕ ਹੋਰ ਤੇ ਇਹ ਟਰੈਕਟਰ ਆ ਜਿਹੜਾ 2014 ਮਾਡਲ ਆ ਪਾਵਰ ਸਟੀਰਿੰਗ ਆ ਠੀਕ ਹੈ ਜੀ ਇਹ ਵੀ ਜਿੰਨੇ ਵੀ ਟਰੈਕਟਰ ਨੇ ਸਾਰੇ ਪਾਵਰ ਸਟੀਰਿੰਗ ਨੇ ਥੋੜੇ ਬਹੁਤੇ ਹੀ ਨੇ ਜਿਹੜੇ ਸੈਂਪਲ ਨੇ ਤੇ ਵਾ ਕੇ ਚਲਾ ਕੇ ਦੇਣ ਦੀ ਇਹ ਵੀ ਦੀ ਪੂਰੀ ਮਾਲਕਾਂ ਦੀ ਗਾਰੰਟੀ ਆ ਤੇ ਹੈਗੇ ਆ ਜੀ ਟਾਇਰ 60 70 ਪੈਸੇ ਹੈਗੇ ਨੇ ਬਾਕੀ ਤੁਸੀਂ ਫੋਨ ਦੇ ਉੱਪਰ ਗੱਲਬਾਤ ਕਰ ਲਿਓ ਤੁਹਾਨੂੰ ਮਾਲਕ ਦੱਸ ਦੇਣਗੇ ਸਾਰਾ ਕੁਝ ਸਾਰੀ ਡਿਟੇਲ ਤੇ ਧੂਰੀ ਏਰੀਏ ਵਿੱਚ ਖੜਾ ਹੋਇਆ ਇਹ ਤੇ ਉਹ ਜਿਹਨਾਂ ਕੋ 4x4 ਆ ਉਹਨਾਂ ਮਾਲਕਾਂ ਦੇ ਕੋਲ ਨਹੀਂਗਾ ਇਹ ਹੋਰ ਉਹਨਾਂ ਵੀਰਾਂ ਦੇ ਕੋਲ ਆ ਮਸਤੂਰੀ ਏਰੀਏ ਵਿੱਚ ਖੜਾ ਹੋਇਆ ਬਾਕੀ ਕੰਪਲੀਟ ਐਡਰੈਸ ਤੁਸੀਂ ਫੋਨ ਲਾ ਕੇ ਪਤਾ ਕਰ ਲਿਓ ਮਾਲਕਾਂ ਦੇ ਨਾਲ ਰੇਟ ਹੈਗਾ ਜੀ 5 ਲੱਖ ਤੇ 45000 5 ਲੱਖ 45000 ਰੁਪਇਆ ਮੁੱਲ ਰੱਖਿਆ ਗਿਆ ਮਾਲਕ ਵੀਰਾਂ ਵੱਲੋਂ ਬਾਕੀ ਮੌਕੇ ਦੇ ਉੱਪਰ ਲੈਸ ਕਰਨਗੇ ਥੋੜਾ ਬਹੁਤਾ ਹੋ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਤੁਹਾਨੂੰ ਥੱਲੇ ਦੇ ਰਹੇ ਆ ਆਪਾਂ ਇਹਨਾਂ ਨੰਬਰਾਂ ਦੇ ਫੋਨ ਲਾ ਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਭਰਾਵਾਂ ਦੇ ਨਾਲ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਟਰੈਕਟਰ ਨੂੰ ਖਰੀਦ ਸਕਦੇ ਹੋ ਜਿੰਨਾਂ ਨੂੰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰੇ ਟਰੈਕਟਰ ਖਰੀਦਣਾ ਚਾਹੁੰਦੇ ਹੋ ਥੱਲੇ ਦਿੱਤੇ ਜਾ ਰਹੇ ਨੰਬਰਾਂ ਤੇ ਸੰਪਰਕ ਕਰਕੇ ਖਰੀਦ ਸਕਦੇ ਜੀ ਤੇ ਅੱਗੇ ਆ ਜਾਂਦਾ ਜੀ ਆਪਣੇ ਕੋਲ ਨਿਊ ਹਾਲੈਂਡ 3630 ਦੇ ਵਿੱਚ ਸੁਪਰ ਇਹ ਹੈਗਾ ਜੀ ਸੁਪਰ ਤੇ ਇਹ ਟਰੈਕਟਰ ਆ ਜਿਹੜਾ 2012 ਮਾਡਲ ਆ ਤੇਰਾ ਰਾਜਸਥਾਨ ਦਾ ਨੰਬਰ ਆ ਰਾਸਤਾਂ ਦੇ ਵਸ ਇੱਕ ਹੁੰਦਾ ਵੀ ਜਿਹੜੇ ਜਿਹੜੇ ਮੂਰਲੇ ਰਹਿਮ ਹੁੰਦੇ ਆ ਉਹ ਹੋਰ ਸਾਹਬ ਦੇ ਹੁੰਦੇ ਆ ਇੱਥੇ ਜਿਹੜੇ ਰਾਸਤਾਂ ਨੂੰ ਜਾਂ ਕੋਈ ਵੀ ਸਟੇਟ ਵਿੱਚ ਟਰੈਕਟਰ ਜਾਂਦਾ ਉਹਦੇ ਵਿੱਚ ਹਰ ਟਰੈਕਟਰ ਦੇ ਵਿੱਚ ਕੋਈ ਨਾ ਕੋਈ ਡਿਫਰੈਂਸ ਪਾ ਕੇ ਹੀ ਤੋਰਿਆ ਜਾਂਦਾ ਉਸ ਏਰੀਏ ਦੇ ਹਿਸਾਬ ਨਾਲ ਸੋ ਇਹਦੇ ਰਿਮਾਂ ਦੇ ਵਿੱਚ ਫਰਕ ਹੁੰਦਾ ਵਾ ਤੇ ਅੱਗੇ ਐਕਸਟਰਾ ਲੇਟਾਂ ਲੂਟਾਂ ਲੱਗੀਆਂ ਹੋਈਆਂ ਨੇ ਟਰੈਕਟਰ ਦੇ ਬੰਪਰ ਤੇ ਬਾਕੀ ਪੂਰਾ ਓਕੇ ਆ ਸਾਫ ਹਾਲਤ ਦੇ ਵਿੱਚ ਪਿਆ ਹੋਇਆ ਕੋਈ ਕੰਮ ਟਰੈਕਟਰ ਨਹੀਂ ਭਾਲਦਾਗਾ ਗਿੱਧਰਬਾਹਾ ਏਰੀਏ ਵਿੱਚ ਐਟ ਅ ਟਾਈਮ ਖੜਾ ਹੋਇਆ ਠੀਕ ਹੈ ਜੀ ਰਾਸਤਾ ਦਾ ਨੰਬਰ ਹੈ ਗਿੱਦੜ ਬਾਹਰ ਏਰੀਏ ਵਿੱਚ ਖੜਾ ਹੋਇਆ ਵਾ ਟਰੈਕਟਰ 4.5 ਲੱਖ ਰੁਪਈਆ ਮੁੱਲ ਰੱਖਿਆ ਗਿਆ 4.5 ਲੱਖ ਰੁਪਈਆ ਮੁੱਲ ਰੱਖਿਆ ਗਿਆ ਮਾਲਕੀ ਰਾਵਲੋ ਬਾਕੀ ਮੌਕੇ ਦੇ ਉੱਪਰ ਜਰੂਰ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਸੰਪਰਕ ਦੇ ਤੁਹਾਨੂੰ ਥੱਲੇ ਫੋਟੋਆਂ ਦੇ ਵਿੱਚ ਸ਼ੋ ਹੁੰਦੇ ਪਏ ਹੋਣਗੇ ਉਹਨਾਂ ਨੰਬਰਾਂ ਦੇ ਫੋਨ ਕਰਕੇ ਜਾਂ ਫਿਰ ਤੁਸੀਂ ਵਟਸਐਪ ਦੇ ਉੱਪਰ ਗੱਲਬਾਤ ਕਰਕੇ ਭਰਾਵਾਂ ਦੇ ਕੋਲੋਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਪੂਰਾ ਸਾਫ਼ ਪਿਆ ਹੋਇਆ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ 2009 ਮਾਡਲ 36T 2009 ਮਾਡਲ ਆ ਤੇ 40 ਪੈਸੇ ਨਾਲ ਦੇ ਟਾਇਰ ਨੇ ਮੂਰਲੇ ਫਰੰਟ ਵਾਲੇ ਨਾਲ ਦੇ ਨੇ ਤੇ ਮਗਰਲੇ ਨਵੇਂ ਜੀ ਆ ਮਤਲਬ ਕੀ ਮੰਨ ਲਓ ਕਿ ਸੀਅਰ ਦੇ ਪਵਾਏ ਹੋਏ ਨੇ ਚੰਗੀ ਕੰਪਨੀ ਦੇ ਪਵਾਏ ਆ ਤੇ 90 ਪੈਸੇ ਹੈਗੇ 90 95 ਪੈਸੇ ਬਾਕੀ ਮਗਰਾੜ ਮਗਰੂੜ ਓਕੇ ਪਏ ਹੋਏ ਨੇ ਪੂਰਾ ਓਕੇ ਆ ਸਾਫ ਪਿਆ ਹੋਇਆ ਟਰੈਕਟਰ ਮਲੇਰ ਕੋਟਲਾ ਏਰੀਆ 'ਤੇ ਖੜਾ ਹੋਇਆ ਜੀ 3 ਸਪੀਡ ਆ 3 ਸਪੀਡ ਆ ਬਾਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਆ ਰੰਗ ਰੰਗ ਸਾਰਾ origignal ਆ ਤੇ ਮੁੱਲ ਰੱਖਿਆ ਗਿਆ ਹੈ ਜੀ ਇਹ ਟਰੈਕਟਰ ਦਾ 4 ਲੱਖ ਤੇ 70000 ਰੁਪਇਆ 4 ਲੱਖ 70000 ਰੁਪਇਆ ਮੁੱਲ ਰੱਖਿਆ ਗਿਆ ਬਾਕੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਮਾਲਕਾਂ ਦੇ ਨੰਬਰ ਨੇ ਸੰਪਰਕ ਦੇ ਤੁਹਾਨੂੰ ਆਪਾਂ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ ਦੇ ਫੋਨ ਲਾ ਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਇਹਨਾਂ ਬਾਈਆਂ ਦੇ ਨਾਲ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਜਿੰਨਾਂ ਨੂੰ ਵਧੀਆ ਲੱਗਦਾ ਹੋਵੇ ਟਰੈਕਟਰ ਥੱਲੇ ਦਿੱਤੇ ਜਾ ਰਹੇ ਨੰਬਰਾਂ ਦੇ ਫੋਨ ਕਰਕੇ ਖਰੀਦ ਸਕਦੇ ਹੋ ਕੋਈ ਟਰੈਕਟਰ ਦੇ ਵਿੱਚ ਕਮੀ ਪੇਸ਼ੀ ਨਹੀਂ ਕੋਈ ਖਰਾਬ ਨਹੀਂਗਾ ਟਰੈਕਟਰ ਐਨ ਪੂਰੀਨ ਤਸੱਲੀ ਆ ਤਸੱਲੀ ਦਿੱਤੀ ਜਾ ਰਹੀ ਆ ਠੀਕ ਆ ਜੀ ਤੇ ਅੱਗੇ ਆ ਜਾਂਦਾ ਜੀ ਸਪੈਸ਼ਲ ਐਡੀਸ਼ਨ ਇੱਕ ਹੋਰ ਪੂਰਾ ਓਕੇ ਪਿਆ ਹੋਇਆ ਟਰੈਕਟਰ ਇਹ 2015 ਮਾਡਲ ਆ ਇਹ 2015 ਮਾਡਲ ਆ ਤੇ ਹਰਿਆਣਾ ਨੰਬਰ ਆ ਜੀ ਟਰੈਕਟਰ ਹਰਿਆਣਾ ਨੰਬਰ ਤੇ 1600 ਘੰਟੇ ਟਰੈਕਟਰ ਚੱਲਿਆ ਹੋਇਆ 1600 ਘੰਟਾ ਚੱਲਿਆ ਹੋਇਆ 12+3 ਯੂਜੀ ਗੇਅਰ ਬਾਕਸ ਵਾਲਾ ਟਰੈਕਟਰ ਆ ਇਹ ਬਾਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਆ ਟਰੈਕਟਰ ਦੇ ਵਿੱਚ ਕੋਈ ਤੇਲ ਨਹੀਂ ਘਟਾਉਂਦਾਗਾ ਟਰੈਕਟਰ ਪੂਰੀ ਐਨ ਤਸੱਲੀ ਆ ਵਧੀਆ ਪਿਆ ਹੋਇਆ ਬਾਕੀ ਤੁਸੀਂ ਬੰਪਰ ਲਾ ਕੇ ਬੇਟ ਵਾਲੀਆਂ ਪਲੇਟਾਂ ਪਲੂਟਾ ਟੰਗ ਸਕਦੇ ਹੋ ਜਿਹਨੇ ਵੀਰ ਹਰਿਆਣੇ ਦੇ ਨੇ ਉਹਨਾਂ ਵਾਸਤੇ ਪੂਰਾ ਸਹੀ ਰਹੂਗਾ ਕਿਉਂਕਿ ਹਰਿਆਣੇ ਦੇ ਵਿੱਚ ਸਰਸਾ ਏਰੀਆ ਵਿੱਚ ਖੜਾ ਹੋਇਆ ਇਹ ਤੇ 5,70,000 ਰੁਪਇਆ ਮੁੱਲ ਰੱਖਿਆ ਗਿਆ ਇਹਦਾ ਠੀਕ ਹੈ ਜੀ 5,70,000 ਰੁਪਇਆ ਮੁੱਲ ਰੱਖਿਆ ਗਿਆ ਬਾਕੀ ਤੁਸੀਂ ਫੋਨ ਕਰਕੇ ਵਾਈਆਂ ਦੇ ਕੋਲੋਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਪੂਰਾ ਓਕੇ ਪਿਆ ਹੋਇਆ ਕੋਈ ਟਰੈਕਟਰ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਠੀਕ ਹੈ ਜੀ ਓਕੇ ਆ ਪੂਰਾ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਤਸੱਲੀ ਆ ਗਰੰਟੀ ਆ ਮਾਲਕ ਵੀਰਾਂ ਵੱਲੋਂ ਦਿੱਤੀ ਜਾ ਰਹੀ ਨੰਬਰ ਆ ਜਿਹੜੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦੇ ਰਹੇ ਆ ਫੋਨ ਕਰਕੇ ਟਰੈਕਟਰ ਦਾ ਸੌਦਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਨਿਊ ਹਾਲੈਂਡ 3630 ਦੇ ਵਿੱਚ ਇੱਕ ਸੁਪਰ ਸੁਪਰ ਟਰੈਕਟਰ ਆ ਜਾਂਦਾ ਜੀ ਇਹ ਹੈਗਾ ਟਰੈਕਟਰ 2013 ਮਾਡਲ ਤੇ ਪੰਜਾਬ ਨੰਬਰ ਹਾਲਤ ਵਗੈਰਾ ਚੰਗੀ ਪਈ ਆ ਟਰੈਕਟਰ ਦੀ ਰੰਗ ਰੂੰਗ ਸੋਨਾ ਪਿਆ ਹਜੇ ਠੀਕ ਹੈ ਜੀ ਟਾਇਰ ਟੂਰ ਸੋਨੂੰ ਮੇਰੇ ਹਿਸਾਬ ਨਾਲ ਖਤਮੀ ਨੇ ਥੋੜੇ ਬਹੁਤੇ ਹੀ ਅਧੇ ਕ ਮੰਨ ਲਓ ਚਲੋ ਬਾਕੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰ ਲਿਓ ਕਿਉਂਕਿ ਫੋਟੋਆਂ ਦੇ ਵਿੱਚ ਮੈਂ ਕੋਈ ਤਸੱਲੀ ਦੀ ਟਾਇਰਾਂ ਦੀ ਨਹੀਂ ਦੇ ਸਕਦਾ ਥੋੜੇ ਲਿਬਰੇ ਟਾਇਰ ਜਿਆਦੇ ਨੇ ਤਾਂ ਬਾਕੀ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਹੈ ਮੈਸਤਰੀ ਲਿਆ ਕੇ ਦਾ ਚੈੱਕ ਕਰ ਲਿਓ ਤੁਸੀਂ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਸੰਗਰੂਰ ਏਰੀਆ ਵਿੱਚ ਖੜਾ ਹੋਇਆ ਇਹ 430000 ਰੁਪਇਆ ਮੁੱਲ ਰੱਖਿਆ ਗਿਆ ਇਹ 430000 ਰੁਪਇਆ ਮੁੱਲ ਰੱਖਿਆ ਗਿਆ ਇਹਦਾ ਪੂਰਾ ਓਕੇ ਆ ਪੂਰਾ ਸਾਫ ਪਿਆ ਹੋਇਆ ਵਾ ਕੋਈ ਕੰਮ ਨਹੀਂ ਭਾਲਦਾਗਾ ਤਸੱਲੀ ਦਿੱਤੀ ਜਾ ਰਹੀ ਹੈ ਮਾਲਕ ਵੀਰਾਂ ਵੱਲੋਂ ਠੀਕ ਹੈ ਜੀ ਓਕੇ ਪਿਆ ਹੋਇਆ ਬਾਕੀ ਬੰਪਰ ਬੰਪਰ ਲੱਗਾ ਹੋਇਆ ਅੱਗੇ ਪੂਰਾ ਭਾਰੀ ਬੰਪਰ ਤੇਰੀ ਦੇਖ ਲਓ ਯਾਰ ਇਹ ਤਾਂ ਵਧੀਆ ਟੈਂਚੀ ਟੁੰਚੀ ਬਣ ਜੂਗੀ ਸ਼ਾਇਦ ਟੈਂਚੀ ਵੀ ਹੋਵੇ ਕੋਕਾ ਇਹ ਵੀ ਨਹੀਂ ਸਕਦੇ ਬਾਈ ਕਿਉਂਕਿ ਟੇਲ ਟੂਲ ਪਾਉਣ ਵਾਲਾ ਮੁੰਡਿਆ ਨਹੀਂ ਪਈਆਂ ਫਿਰ ਮੈਂ ਬੰਪਰ ਹੀ ਕਹਦਾ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੋਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਆਏ ਆ ਜਾਂਦਾ ਜੀ ਇੱਕ ਹੋਰ ਸੁਪਰ ਟਰੈਕਟਰ ਠੀਕ ਹੈ ਜੀ 3630 ਦੇ ਵਾ ਸੁਪਰ ਇਹ ਵੀ 2013 ਮਾਡਲ ਹੀ ਆ ਪਰ ਇਹ ਯਾਨੀ ਕਿ ਉਹਨਾਂ ਦਾ ਵਾਵਾ ਜਾਰੇ ਸੋਨਾ ਪਿਆ ਸਾਫ ਹੈ ਇਹ ਤੇ ਪੰਜਾਬ ਨੰਬਰ ਟਰੈਕਟਰ ਇਹ ਪੂਰੀ ਤਸੱਲੀ ਦਿੱਤੀ ਜਾ ਰਹੀ ਹੈ ਇਹਦੀ ਵੀ ਤੇ 3 ਸਪੀਡ ਆ 3 ਸਪੀਡ ਆ ਟਰੈਕਟਰ ਬਾਕੀ ਯਾਰ ਕੋਈ ਵੀ ਹੁੰਦਾ ਨਾ ਰੇਟ ਇੱਕ ਵਾਰ ਮਾਲਕਾਂ ਨੂੰ ਕਨਫਰਮ ਕਰ ਲਿਆ ਕਰੋ ਕਿਉਂਕਿ ਸਾਨੂੰ ਯਾਰ ਕਈ-ਕਈ ਵਾਰ ਉਹ ਗਾਂ ਦੀ ਗਾਂ ਲੋਕ ਭੇਜ ਦਿੰਦੇ ਨੇ ਰੇਟ ਸਹੀ ਨਹੀਂ ਭੇਜਦੇ ਘੱਟ ਲੈ ਕੇ ਭੇਜ ਦਿੰਦੇ ਨੇ ਕਈ-ਕਈ ਵਾਰ ਮੈਂ ਬਹੁਤ ਵਾਰ ਐ ਹੋਇਆ ਵਾ ਸੋ ਯਾਰ ਗੜਬੜ ਪੈ ਜਾਂਦੀ ਬਹੁਤ ਜ਼ਿਆਦਾ ਠੀਕ ਹੈ ਜੀ ਤੇ 3 ਸਪੀਡ ਆ ਇਹ ਬਰਨਾਲਾ ਏਰੀਆ ਵਿੱਚ ਖੜਾ ਹੋਇਆ ਹੈ ਟਰੈਕਟਰ 4 ਲੱਖ ਤੇ 20000 ਰੁਪਇਆ ਮੁੱਲ ਰੱਖਿਆ ਗਿਆ ਇਹਦਾ 4 ਲੱਖ 20000 ਰੁਪਇਆ ਮੁੱਲ ਰੱਖਿਆ ਗਿਆ ਇਹਦਾ ਤੇ ਹੁਣ ਇਹਨਾਂ ਦੋਹਾਂ ਦੋਹੇ ਸੁਪਰ ਟਰੈਕਟਰ ਦੀ ਨਾ ਇੱਕ ਵਾਰ ਡਿਮਾਂਡ ਜ਼ਰੂਰ ਕਨਫਰਮ ਕਰ ਲਿਓ ਤੁਸੀਂ ਮਾਲਕਾਂ ਵੀਰ ਵੱਲੋਂ ਕਿਉਂਕਿ ਕੁਝ ਕਹਿ ਨਹੀਂ ਸਕਦੇ ਰ ਕਈ ਕੀ ਵਾਰ ਹੋਵੇ ਕੱਟ ਜਾਂ ਫਿਰ ਵੱਧ ਹੁੰਦਾ ਵਾ ਫਿਰ ਉਦੋਂ ਪੰਗਾ ਜਾ ਪੈ ਜਾਂਦਾ ਐਵੇਂ ਤੁਹਾਨੂੰ ਕਹੀਏ ਤਾਂ ਤੇ ਅੱਗੇ ਆ ਜਾਂਦਾ ਜੀ 3630 ਦੇ ਵਿੱਚ ਸਪੈਸ਼ਲ ਐਡੀਸ਼ਨ ਹੀ ਇਹ ਵੀ ਤੇ ਇਹੇ ਟਰੈਕਟਰ ਦੇ ਟਾਇਰ 85 ਪੈਸੇ ਨਾਲ ਦੇ ਆ ਠੀਕ ਹੈ ਜੀ ਉਹ ਮੂਹਰੇ ਗੱਡੀ ਵਾਲੇ ਪਵਾਏ ਹੋਏ ਆ ਉਹ ਤੁਸੀਂ ਇੱਕ ਵਾਰ ਪੁੱਛ ਲਿਓ ਹੋਰ ਉਹ ਵੀ ਸ਼ਰ ਮੇਰੇ ਸਾਹ ਨਾਲ ਦੇ ਹੋਣਗੇ ਕਿਉਂਕਿ ਨਵੇਂ ਲੁਭਾ ਕੇ ਪਵਾ ਦਿੰਦੇ ਉਸੇ ਟਾਈਮ ਹੀ ਤੇ 85 ਪੈਸੇ ਟਾਇਰ ਨੇ 2018 ਮਾਡਲ ਹੈ ਇਹ ਇਹ ਹੈਗਾ 2018 ਮਾਡਲ ਤੇ ਨਵੇਂ ਡਿਜ਼ਾਈਨ ਜੇ ਵਾਲਾ ਬੰਪਰ ਲੱਗਾ ਹੋਇਆ ਹੈ ਇਹਨੂੰ ਪੂਰਾ ਓਕੇ ਆ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਤਸੱਲੀ ਆ ਗਾਰੰਟੀ ਆ ਠੀਕ ਹੈ ਜੀ ਰਾਏਕੋਟ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਤੇ 2018 ਮਾਡਲ ਹੈ ਤੇਰੀ ਡਿਮਾਂਡ ਰੱਖੀ ਗਈ ਹੈ 6 ਲੱਖ ਤੇ 85000 6 ਲੱਖ 85000 ਰੁਪਇਆ ਮੁੱਲ ਰੱਖਿਆ ਗਿਆ ਹੈ ਇਹਦਾ ਪੂਰਾ ਓਕੇ ਪਿਆ ਹੋਇਆ ਟਰੈਕਟਰ ਕੋਈ ਕੰਮ ਟਰੈਕਟਰ ਨਹੀਂ ਭਾਲਦਾਗਾ ਵਾਕੇ ਚਲਾ ਕੇ ਦੇਣ ਦੀ ਪੂਰੀ ਗਰੰਟੀ ਦਿੱਤੀ ਤਸੱਲੀ ਦਿੱਤੀ ਜਾ ਰਹੀ ਆ ਬਾਕੀ ਜੋ ਵੀ ਮਾਲਕਾਂ ਦੇ ਨੰਬਰ ਨੇ ਤੁਹਾਨੂੰ ਥੱਲੇ ਦੇ ਰਹੇ ਆ ਆਪਾਂ ਫੋਨ ਕਰਕੇ ਉਹਨਾਂ ਨੰਬਰਾਂ 'ਤੇ ਟਰੈਕਟਰ ਦਾ ਸੌਤਾ ਕਰ ਸਕਦੇ ਹੋ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਪੂਰਾ ਓਕੇ ਪਿਆ ਹੋਇਆ ਤੇ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ ਦੇ ਵਿੱਚ ਫੋਰਡ ਵਾਲਾ ਇਹ ਹੈਗਾ ਫੋਰਡ ਵਾਲਾ 363 ਜਿਹੜਾ ਪੁਰਾਣੇ ਮਾਡਲਾਂ ਚਾਹੁੰਦਾ ਸੀ ਇਹ ਦਾ ਮਾਡਲ ਹੈਗਾ 2003 2003 ਮਾਡਲ ਦਾ ਟਰੈਕਟਰ ਇਹ ਸ਼੍ਰੀ ਮੁਖਸਰ ਸਾਹਿਬ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਹਾਲਤ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਪਾਵਰ ਕਰਾ ਲਿਓ ਇਹਨੂੰ ਇਹ ਤੋਂ ਸਸਤੇ ਹੀ ਹੋ ਜਾਂਦਾ ਯਾਰ ਐਵੇਂ ਝਾਂਸੀ ਝੁੰਸੀ ਵਾਲੇ ਪੰਗਿਆਂ ਚ ਨਾ ਪਿਆ ਕਰੋ ਪਟਿਆਲੇ ਵਜ੍ਹਾ ਕਰੋ ਸਿੱਧਾ ਉੱਥੇ ਸਾਰਾ ਸਮਾਨ ਪਿਆ ਹੁੰਦਾ ਟਰੈਕਟਰਾਂ ਦਾ ਉਹ ਨਾਲੇ ਉੱਥੇ ਸਮਾਨ ਦੇ ਤਾਂ ਸਾਰਾ ਕੁਝ ਚੱਕ ਲਵੇ ਉੱਥੋਂ ਨਹੀਂ ਇੰਨਾ ਜੱਬਖਾਨਾ ਆਪਣੇ ਯਾਨੀ ਕਿ ਮੰਨ ਲਓ ਵੀ ਝਾਂਸੀ ਦੇ ਵਿੱਚ ਤੁਹਾਡਾ 50000 ਲੱਗ ਜਾਂਦਾ ਠੀਕ ਹੈ ਕਟੋ ਘੱਟ 50 ਲੱਗ ਜਾਂਦਾ ਉੱਥੇ ਮੈਂ ਸਹੀ ਦੱਸਾਂ ਤਾਂ 25000 ਦੇ ਵਿੱਚ ਸਾਰਾ ਹੋ ਜਾਂਦਾ ਟਰੈਕਟਰ ਜਿੰਨੀ ਮਰਜ਼ੀ ਜੋ ਵਪਾਰ ਖਾਨਾ ਕਰਦੇ ਹਨ ਸਾਰਾ ਉਥੋਂ ਹੀ ਚੱਕਦੇ ਨੇ ਤੇ 3.5 ਲੱਖ ਰੁਪਏ ਟਰੈਕਟਰ ਦਾ ਮੁੱਲ ਰੱਖਿਆ ਗਿਆ ਵਾ ਠੀਕ ਹੈ ਟਾਇਰ ਵੀ ਪੂਰੇ ਪਏ ਨੇ ਟਾਇਰ ਵਧੀਆ ਪਏ ਨੇ ਸਰ ਪਾਵਰ ਸਟੀering ਤੇ ਡਿਸਟ੍ਰਿਬਿਊਟਰ ਦਾ ਪੰਗਾ ਪੈਂਦਾ ਹੁੰਦਾ ਇਹਨਾਂ ਟਰੈਕਟਰਾਂ 'ਚ ਬਾਕੀ ਨਾ ਗੀਅਰ ਖੁੱਲੇ ਨਾ ਇੰਜਣ ਖੁੱਲੇ ਨਾ ਇਹਨਾਂ ਦਾ ਮਗਰਲਾ ਹਿੱਸਾ ਖੁੱਲੇ ਇਹ ਵੀ ਸਵਰਾਜ ਵਰਗਾ ਪੱਕਾ ਟਰੈਕਟਰ ਹਾਲੈਂਡ ਵੀ ਜੰ ਬਿਲਕੁਲ ਸਵਰਾਜ ਵਰਗਾ ਪੱਕਾ ਟਰੈਕਟਰ ਹੈ ਬਿਲਕੁਲ A to Z ਤੇ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ 7500 ਤੇ ਬਾਕੀ ਯਾਰ ਮੈਨੂੰ ਇੱਕ ਲੱਗਦਾ ਮੈਂ ਕਿਹਾ ਵੀ ਉਹ ਕਬੋਟਾ ਟਰੈਕਟਰ ਤੇ ਬਣਾਉਣੀ ਹੈ ਵੀਡੀਓ ਤੇ ਬਣਾਉਂਗਾ ਠੀਕ ਹੈ ਮੈਨੂੰ ਵਧੀਆ ਲੱਗਾਈ ਉਹ ਮੈਂ ਕਿਹਾ ਬਣਾਵਾਂਗੇ ਚਲੋ ਇਹ ਟਰੈਕਟਰ 2009 ਮਾਡਲ ਹੈ ਤੇ ਕੱਲੇ ਟਰੈਕਟਰ ਦੇ ਰੈਮ ਪੇਂਟ ਹੋਏ ਹੋਏ ਨੇ ਇਹ ਵੀ ਮਾਲਕਾਂ ਨੇ ਦੱਸਤਾ ਬਾਕੀ ਟਰੈਕਟਰ ਦਾ ਸ਼ੋ ਸ਼ੂ ਸਾਰਾ ਕੁਝ origignal ਹੀ ਦੱਸੀ ਜਾ ਰਹੀ ਹੈ ਰੰਗ ਰੰਗ ਸਾਰਾ origignal ਹੀ ਆ ਓਕੇ ਪਿਆਰ ਆ ਬਾਕੀ ਅੱਗੇ ਵੇਟ ਵਾਲੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਤੇ ਇਹ ਚੱਲਿਆ ਹੋਇਆ ਜੀ ਅਪਰੋਕਸ 4900 ਘੰਟੇ ਚੱਲਿਆ ਹੋਇਆ ਵਾ 4900 4900 ਘੰਟੇ ਚੱਲਿਆ ਹੋਇਆ ਟਰੈਕਟਰ ਤੇ 8 ਲੱਖ ਰੁਪਏ ਡਿਮਾਂਡ ਕਰਦੇ ਆ ਟਰੈਕਟਰ ਦੀ ਤੇ ਹੁਣ ਇਹਦੀ ਡਿਮਾਂਡ ਯਾਰ ਜੇ ਤੁਹਾਨੂੰ ਵੱਧ ਲੱਗਦੀ ਸਿੱਧੀ ਮਾਲਕਾਂ ਨਾਲ ਗੱਲ ਕਰੋ ਕਿਉਂਕਿ ਮਾਲਕ ਯਾਰ ਕੁਝ ਵੀ ਮੰਗ ਸਕਦੇ ਨੇ ਉਹਦੇ ਵਿੱਚ ਸਾਡਾ ਕੋਈ ਲਾਕਾ ਦੇਕਾ ਨਹੀਂ ਹੁੰਦਾ ਅਗਲਾ ਭਲਾ ਸਾਡੇ ਵੱਲੋਂ ਜਿੰਨਾ ਮਰਜੀ ਮੰਗੀ ਜਾਵੇ ਯਾਰ ਪਰ ਸਾਡੇ ਕੋਲੋਂ 7 ਕਰੋੜ ਮੰਗੇ ਸਾਨੂੰ ਉਹਦਾ ਕੋਈ ਟਿਕ ਕਰਨੀਗਾ ਆਪਾਂ ਤਾਂ ਐਡ ਪਾਉਣ ਵਾਲੇ ਬੰਦੇ ਆ ਆਪਾਂ ਐਡ ਪਾਤੀ ਆ ਠੀਕ ਆ ਲੈਣਾ ਤੋ ਫੋਨ ਕਰ ਲਿਓ ਤੁਸੀਂ ਬਾਕੀ ਮਾਲਕਾਂ ਦੇ ਨੰਬਰ ਥੱਲੇ ਆ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਵੇਖਣ ਦੇ ਲਈ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ